ਸਤਿ ਸ਼੍ਰੀ ਅਕਾਲ, ਅਜੀਤ ਵੈਬ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ ਅਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ 'ਤੇ। ਜੰਡਿਆਲਾ ਗੁਰੂ ਵਿੱਚ ਨਸ਼ਾ ਤਸਕਰ ਅਤੇ SDF ਵਿਚਾਲੇ ਮੁੱਠਭੇੜ, ਪੁਲਿਸ ਮੁਲਾਜ਼ਮ ਦੀ ਮੌਤ। ਪੰਜਾਬ ਭਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸ਼ੁਰੂ ਕੀਤਾ ਪੱਕਾ ਮੋਰਚਾ। ਪੱਟੀ ਸ਼ਹਿਰ ਵਿੱਚ ਗੁੰਡਾਗਰਦੀ, ਦੋ ਨੌਜਵਾਨਾਂ ਨੇ ਔਰਤ ਦਾ ਪਰਸ ਖੋਹ ਕੇ ਚਲਾਈਆਂ ਗੋਲੀਆਂ। 14 ਅਕਤੂਬਰ ਨੂੰ ਬਰਗਾੜੀ ਵਿੱਚ ਮਨਾਇਆ ਜਾਵੇਗਾ ਕਾਲਾ ਦਿਨ, ਕਿਹਾ ਸੁਖਪਾਲ ਸਿੰਘ ਖਹਿਰਾ ਨੇ। ਅਤੇ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਜੰਡਿਆਲਾ ਗੁਰੂ ਦੇ ਬੰਡਾਲਾ ਰੋਡ 'ਤੇ ਜਾਣੀਆਂ ਵਾਲੇ ਸੂਏ ਨੇੜੇ ਨਸ਼ਾ ਤਸਕਰਾਂ ਅਤੇ SDF ਵਿਚਾਲੇ ਹੋਏ ਮੁਕਾਬਲੇ ਦੌਰਾਨ ਗੋਲੀ ਲੱਗਣ ਕਰਕੇ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਜੰਡਿਆਲਾ ਦੇ ਪਿੰਡ ਜਾਣੀਆਂ ਵਿੱਚ ਜਲੰਧਰ ਤੋਂ SDF ਟੀਮ ਪੁਲਿਸ ਪਾਰਟੀ ਸਮੇਤ ਨਸ਼ਾ ਤਸਕਰਾਂ ਨੂੰ ਫੜਨ ਆਈ ਸੀ ਕਿ ਇਸੇ ਦੌਰਾਨ ਨਸ਼ਾ ਤਸਕਰਾਂ ਨਾਲ ਹੋਏ ਮੁਕਾਬਲੇ ਵਿੱਚ ਗੋਲੀ ਲੱਗਣ ਕਰਕੇ ਹੈੱਡ ਕਾਂਸਟੇਬਲ ਜ਼ਖਮੀ ਹੋ ਗਿਆ। ਮੌਕੇ 'ਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮੁਕਾਬਲੇ ਦੌਰਾਨ ਮਾਰੇ ਗਏ ਹੈੱਡ ਕਾਂਸਟੇਬਲ ਦੀ ਪਛਾਣ ਗੁਰਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ। ਜੀ, ਅੱਜ SDF ਸਾਡੀ ਜਲੰਧਰ ਦੀ ਟੀਮ ਜਿਹੜੀ ਆ ਉਹ ਅੱਜ ਰੇਡ 'ਤੇ ਆਈ ਸੀ। ਉਹਨਾਂ ਕੋਲ ਸਪੈਸੀਫਿਕ ਇਨਪੁੱਟ ਸੀ ਕੋਈ, ਔਰ ਡਿਊਰਿੰਗ ਰੇਡ ਜਦੋਂ ਉਹਨਾਂ ਨੇ ਬੰਦਾ ਜਿਹੜਾ ਹੈ ਉਹ ਲਾਗੇ ਆਇਆ, ਉਹਦੇ ਨਾਲ ਗੱਲਬਾਤ ਚੱਲ ਰਹੀ ਸੀ, ਔਰ ਉਹਨੂੰ ਸ਼ੱਕ ਪੈ ਗਿਆ ਕਿ ਪੁਲਿਸ ਵਾਲਾ। ਉਹਨਾਂ ਨਾਲ ਦੇ ਮੁਲਾਜ਼ਮ ਨੇ ਜੱਫਾ ਮਾਰ ਲਿਆ ਉਹਨੂੰ, ਔਰ ਉਹਨੇ ਪਿਸਤੌਲ ਫੜ ਕੇ ਅਤੇ ਜਿਹਨੇ ਜੱਫਾ ਮਾਰਿਆ ਸੀ ਉਹਨੂੰ ਗੋਲੀ ਮਾਰਨੀ ਚਾਹੀ, ਬਟ ਅਨਫਾਰਚੂਨੇਟ ਜਿਹਨੇ ਜੱਫਾ ਮਾਰਿਆ ਉਹਨੂੰ ਲੱਗੀ ਨਹੀਂ ਉਹ ਗੋਲੀ। ਅੱਗੇ ਸਾਡਾ ਜਗਦੀਪ ਬੈਠਾ ਸੀ ਉਹਦੀ ਗਰਦਨ 'ਤੇ, ਇੱਥੇ ਗੁਰਦੀਪ ਦੇ ਇੱਥੇ ਜਬਾੜੇ 'ਤੇ ਜਿਹੜੀ ਉਹ ਗੋਲੀ ਲੱਗ ਗਈ, ਔਰ ਫਿਰ ਉਹਨੂੰ ਸ਼ਿਫਟ ਕੀਤਾ ਇਮੀਡੀਏਟਲੀ ਹੋਸਪਿਟਲ, ਔਰ ਹੋਸਪਿਟਲ ਆ ਕੇ ਫਿਰ ਉਹ ਡਾਕਟਰਾਂ ਨੇ ਜਿਹੜਾ ਹੈ ਉਹਨੂੰ ਬਰੋਡ ਡੈਥ ਜਿਹੜਾ ਡਿਕਲੇਅਰ ਕਰਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਪੱਕੇ ਮੋਰਚੇ ਦੀ ਲੜੀ ਤਹਿਤ ਤਰਨ ਤਾਰਨ ਵਿਖੇ ਵੀ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠ ਕਮਿਸ਼ਨਰ ਦਫ਼ਤਰ ਦੇ ਬਾਹਰ 3 ਰੋਜ਼ਾ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ। ਇਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਹਿੱਸਾ ਲੈ ਰਹੇ ਨੇ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਨੇਤਾਵਾਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨੀ ਦੇ ਕਿੱਤੇ ਨੂੰ ਬਚਾਉਣ ਦੀ ਥਾਂ ਤੇ ਬਰਬਾਦ ਕਰਨ ਵੱਲ ਤੁਲੀਆਂ ਹੋਈਆਂ ਨੇ। ਉਹਨਾਂ ਕਿਹਾ ਕਿ ਸਰਕਾਰਾਂ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਅੱਜ ਤੱਕ ਪੂਰੇ ਨਹੀਂ ਕੀਤੇ, ਇਸ ਲਈ ਸਰਕਾਰ ਖਿਲਾਫ਼ ਵਿਰੋਧ ਜਾਰੀ ਰਹੇਗਾ। ਪੱਟੀ ਸ਼ਹਿਰ ਦੇ ਤਰਨ ਤਾਰਨ ਰੋਡ 'ਤੇ ਅੱਜ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਇੱਕ ਔਰਤ ਦਾ ਪਰਸ ਖੋਲਿਆ। ਮਿਲੀ ਜਾਣਕਾਰੀ ਮੁਤਾਬਕ ਔਰਤ ਪਰਮਜੀਤ ਕੌਰ ਪੈਦਲ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰਿਆਂ ਵਿੱਚੋਂ ਇੱਕ ਮੋਟਰਸਾਈਕਲ ਤੋਂ ਹੇਠਾਂ ਉਤਰ ਕੇ ਜਦੋਂ ਉਸਦਾ ਪਰਸ ਖੋਹ ਕੇ ਫਰਾਰ ਹੋਣ ਲੱਗਾ ਤਾਂ ਰਾਹਗੀਰਾਂ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਸਦਾ ਦੂਜੇ ਸਾਥੀ ਆਪਣੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਗੋਲੀਆਂ ਚਲਾਉਂਦਾ ਹੋਇਆ ਉਸਨੂੰ ਫਿਲਮੀ ਅੰਦਾਜ਼ ਵਿੱਚ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨਜ਼ਦੀਕੀ ਦੁਕਾਨਾਂ ਅਤੇ ਬੈਂਕਾਂ ਦੇ CCTV ਕੈਮਰੇ ਚੈੱਕ ਕੀਤੇ, ਪਰ ਅਜੇ ਤੱਕ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ। ਬੇਅਦਬੀ ਦੇ ਗੋਲੀਕਾਂਡ ਦੇ ਮਾਮਲੇ 'ਤੇ ਹਰ ਸਿਆਸੀ ਪਾਰਟੀ ਆਪਣੇ ਤਰੀਕੇ ਨਾਲ ਰਾਜਨੀਤੀ ਕਰ ਰਹੀ ਹੈ। ਇਸੇ ਕੜੀ ਤਹਿਤ ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਅੱਜ ਫਰੀਦਕੋਟ ਪਹੁੰਚੇ ਅਤੇ ਵੱਖ ਵੱਖ ਜਥੇਬੰਦੀਆਂ ਨਾਲ ਬੈਠਕ ਕੀਤੀ। ਇਸ ਮੌਕੇ ਉਹਨਾਂ ਨੇ ਸਾਲ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਕਿਹਾ ਕਿ 4 ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ, ਜਿਸ ਦੇ ਵਿਰੋਧ ਵਿੱਚ 14 ਅਕਤੂਬਰ ਨੂੰ ਬਰਗਾੜੀ ਵਿੱਚ ਕਾਲਾ ਦਿਨ ਮਨਾਇਆ ਜਾਵੇਗਾ। ਦੋ ਵੱਡੇ ਮਤੇ ਪਾਸ ਕੀਤੇ ਗਏ ਨੇ। ਇੱਕ ਤਾਂ ਇਹ ਹੈ ਕਿ 14 ਅਕਤੂਬਰ 2019 ਨੂੰ ਬਰਗਾੜੀ ਵਿਖੇ ਹਰ ਸਾਲ ਦੀ ਤਰ੍ਹਾਂ 'ਤੇ ਸੁਖਰਾਜ ਸਿੰਘ ਅਤੇ ਪੀੜਤ ਪਰਿਵਾਰ ਅਤੇ ਅੱਛੀਆਂ ਜਥੇਬੰਦੀਆਂ ਦੇ ਸੱਦੇ ਦੇ ਉੱਤੇ ਬਰਗਾੜੀ ਦੇ ਸਟੇਡੀਅਮ ਦੇ ਵਿੱਚ ਮੇਨ ਰੋਡ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਪਰਸੀ ਮਨਾਈ ਜਾਵੇਗੀ। ਅਵਨਾਵਾਂ ਜੁੜੀਆਂ ਨੇ ਦੁਨੀਆ ਭਰ 'ਚ ਬੈਠੇ ਗੁਰੂ ਨਾਨਕ ਨਾਮ ਲੇਵਾ ਦੀਆਂ। ਆਪਾਂ ਸਭ ਨੇ ਕਾਲੇ ਪੈਚਸ, ਕਾਲੀਆਂ ਰਿਬਨਸ, ਕਾਲੀਆਂ ਪੱਗਾਂ, ਕਾਲੇ ਝੰਡੇ ਸਕੂਟਰ ਮੋਟਰਸਾਈਕਲ ਗੱਡੀਆਂ ਦੇ ਉੱਤੇ ਲਾ ਕੇ ਸਭ ਨੂੰ ਮੇਰੀ ਅਪੀਲ ਹੈ ਕਿ ਠੀਕ ਸਵੇਰੇ 10 ਵਜੇ ਬਰਗਾੜੀ ਦੇ ਸਟੇਡੀਅਮ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਸਾਡੀ ਬਹੁਤ ਨਿਮਰਤਾ ਨਾਲ ਬੇਨਤੀ ਆ। ਦੂਜਾ, ਜਿੱਦਾਂ ਆਪਾਂ ਨਸ਼ੇ ਦੇ ਖਿਲਾਫ਼ ਮੁਹਿੰਮ ਚਲਾਈ ਸੀਗੀ, ਚਿੱਟੇ ਦੇ ਖਿਲਾਫ਼ ਕਾਲਾ ਹਫ਼ਤਾ, ਐਨ ਉਸ ਤਰ੍ਹਾਂ ਨਾਲ 7 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੱਕ ਕਾਲਾ ਹਫ਼ਤਾ ਵੀ ਮਨਾਇਆ ਜਾਵੇਗਾ ਬਰਗਾੜੀ ਦੇ ਰੋਸ ਵਿੱਚ। ਆਓ, ਤੁਹਾਨੂੰ ਸਭ ਨੂੰ ਸਾਡੀ ਅਪੀਲ ਹੈ ਕਿ ਆਓ ਤਕੜੇ ਹੋ ਕੇ ਅਤੇ 14 ਅਕਤੂਬਰ ਨੂੰ ਬਰਗਾੜੀ ਵਿਖੇ ਠੀਕ ਸਵੇਰੇ 11 ਵਜੇ ਪਹੁੰਚ ਕੇ ਇਸ ਪ੍ਰੋਗਰਾਮ ਨੂੰ ਅੱਗੇ ਕਾਮਯਾਬ ਕਰੀਏ।
ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ, ਪਰ ਝੋਨਾ ਮੰਡੀਆਂ ਵਿੱਚ ਨਹੀਂ ਪਹੁੰਚਿਆ। ਮੰਡੀ ਬੋਰਡ ਦੁਆਰਾ ਅਨਾਜ ਮੰਡੀ ਵਿੱਚ ਸਾਫ਼ ਸਫਾਈ, ਕਿਸਾਨਾਂ ਦੇ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਤੇ ਸੁਰੱਖਿਆ ਦੇ ਬੰਦੋਬਸਤ ਕੀਤੇ ਗਏ ਨੇ। ਇਸ ਬਾਰੇ ਮੰਡੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਅਪੀਲ ਕਰਦਿਆਂ ਕਿ ਕਿਸਾਨ ਝੋਨੇ ਦੀ ਕਟਾਈ ਉਸ ਸਮੇਂ ਕਰਨ ਜਦੋਂ ਝੋਨਾ ਪੂਰੀ ਤਰ੍ਹਾਂ ਸੁੱਕ ਜਾਏ, ਕਿਉਂਕਿ ਸਰਕਾਰ ਦੀਆਂ ਹਦਾਇਤਾਂ ਨੇ ਕਿ ਝੋਨੇ ਵਿੱਚ ਨਮੀ ਦੀ ਸਹੀ ਮਾਤਰਾ ਹੋਣੀ ਚਾਹੀਦੀ ਹੈ। ਜੇ ਨਮੀ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਤਾਂ ਇਹ ਝੋਨਾ ਨਹੀਂ ਖਰੀਦਿਆ ਜਾਵੇਗਾ। ਇਸ ਵਾਰ ਮੰਡੀਆਂ ਵਿੱਚ ਫਸਲ ਚੋਰੀ ਹੋਣ ਦੀ ਸਮੱਸਿਆ ਕਰਕੇ ਚੌਕੀਦਾਰ ਲਗਾਏ ਗਏ ਨੇ। ਬਠਿੰਡਾ ਦੀ ਅਨਾਜ ਮੰਡੀ ਨੂੰ ਨਵੇਂ ਤੌਰ 'ਤੇ ਬਣਾਇਆ ਗਿਆ ਏ। ਉਹਨਾਂ ਕਿਹਾ ਕਿ ਕਿਸਾਨ ਸੁੱਕਾ ਝੋਨਾ ਲੈ ਕੇ ਆਉਂਦੇ ਨੇ ਤਾਂ ਸਹੀ ਸਮੇਂ 'ਤੇ ਆਪਣੀ ਫਸਲ ਵੇਚ ਕੇ ਜਾ ਸਕਦੇ ਨੇ, ਪਰ ਗਿੱਲਾ ਝੋਨਾ ਮੰਡੀ ਵਿੱਚ ਉਤਾਰਨ ਨਹੀਂ ਦਿੱਤਾ ਜਾਵੇਗਾ। ਅਤੇ ਸਾਡੇ ਮਤਲਬ ਸੋਮੀ ਸੀਜ਼ਨ ਪੈੜੀ ਦੇ 2019 ਦੇ ਅਸੀਂ ਪੂਰੇ ਪ੍ਰਬੰਧ ਕਰ ਲਏ ਨੇ ਅਤੇ ਜੋ ਸਫਾਈਆਂ ਵਗੈਰਾ ਸਾਰਾ ਮੁਕੰਮਲ ਨੇ ਅਤੇ ਪਰ ਇੱਥੇ ਝੋਨਾ ਕੁਛ ਲੇਟ ਆ, ਤਕਰੀਬਨ 10 ਤਰੀਕ ਤੱਕ ਝੋਨੇ ਦੀ ਰੈਵਲ ਸ਼ੁਰੂ ਹੁੰਦੀ ਹੈਗੀ ਆ। ਅਤੇ ਅਸੀਂ ਜ਼ਿਆਦਾ ਜ਼ੋਰ ਇਹ ਦਿੱਤਾ ਵੀ ਝੋਨਾ ਇੱਥੇ ਸ਼ੁਰੂ ਦੇ ਵਿੱਚ ਜਿਹੜਾ ਸੁੱਕਾ ਹੀ ਆਵੇ ਮੰਡੀ ਦੇ ਵਿੱਚ, ਕਿ ਤਾਂ ਕਿਉਂਕਿ ਦਿੱਕਤ ਨਾ ਆਵੇ। ਇਸ ਵਾਸਤੇ ਪੂਰਾ ਇਹ ਪ੍ਰਬੰਧ ਕੀਤਾ ਗਿਆ ਵੀ ਕੋਈ ਵੀ ਬੰਦਾ ਲਿਆ ਕੇ ਗਿੱਲਾ ਮਾਲ ਨਾ ਲਾਹੇ, ਉਹਦੇ ਵਾਸਤੇ ਅਸੀਂ ਪੂਰਾ ਆਪਣਾ ਪ੍ਰਬੰਧ ਕਰ ਰੱਖਿਆ ਡਿਊਟੀ ਦਾ ਵੀ ਕੋਈ ਬੰਦਾ ਇਹ ਟਰਾਲੀ ਲਾਊਗਾ ਗਿੱਲੇ 'ਚ ਤਾਂ ਉਹਨੂੰ ਅਸੀਂ ਰੋਕਾਂਗੇ। ਪਿੰਡਾਂ ਦੇ ਵਿੱਚ ਵੀ ਅਸੀਂ ਬੁਲਾਵਾਂਗੇ, ਆਮ ਦੂਸਰੇ ਲੋਕਾਂ ਨੂੰ ਦੱਸਾਂਗੇ, ਜਾਣਕਾਰੀ ਦੇਵਾਂਗੇ ਵੀ ਭਾਈ ਗਿੱਲਾ ਜਿਹੜਾ ਮਾਲ ਆ ਉਹ ਮੰਡੀ 'ਚ ਨਾ ਆਵੇ, ਤਾਂ ਕਿ ਆਉਣ ਵਾਲੇ ਸਮੇਂ 'ਚ ਕਹਾਂ ਦਿੱਕਤ ਨਾ ਆਵੇ। ਉਹ ਸਾਰੇ ਪੈਸੇ ਵੀ ਅਸੀਂ ਕਹਿਣਾ ਚਾਹੁੰਦੇ ਸਾਰੇ ਕਿਸਾਨ ਵੀਰਾਂ ਨੂੰ ਵੀ ਉਹ ਇੱਥੇ ਝੋਨਾ ਸੁੱਕਾ ਲੈ ਕੇ ਆਉਣ, ਤਾਂ ਕਿ ਵਧੀਆ ਤਰੀਕੇ ਨਾਲ ਮੰਡੀਕਰਨ ਹੋ ਸਕੇ। ਅਤੇ ਦੂਸਰੇ ਪ੍ਰਬੰਧ ਅਸੀਂ ਮੌਕੇ ਦੇ ਨਾਲ ਵਧੀਆ ਸਾਰੇ ਸਾਡੇ ਕੀਤੇ ਹੋਏ ਨੇ, ਪਾਣੀ ਦਾ ਲਾਈਟਾਂ ਦਾ ਸਾਰਾ ਪ੍ਰਬੰਧ ਆ ਸਾਡੇ ਕੋਲ ਅਤੇ ਅਸੀਂ ਇੱਥੇ ਹਾਜ਼ਰ ਹਾਂ। ਪਰ ਝੋਨੇ ਦੀ ਰੀਕ ਚੰਬਲ ਝੋਨਾ ਕਦ ਆ ਰਿਹਾ, ਕਿਸ ਤਰ੍ਹਾਂ ਆ ਰਿਹਾ, ਉਹਨੂੰ ਅਸੀਂ ਚੈੱਕ ਕਰਾਂਗੇ। ਚੈੱਕ ਕਰਨ ਦੇ ਉਪਰੰਤ ਅਸੀਂ ਇੱਥੇ ਮੰਡੀ 'ਚ ਲੈ ਜਾਂਦੇ ਹਾਂ। ਪੰਜਾਬੀ ਗਾਇਕ KS ਮੱਖਣ ਨੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅੰਮ੍ਰਿਤ ਭੰਗ ਕਰ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੇ ਕਕਾਰ ਵੀ ਤਿਆਗ ਦਿੱਤੇ। ਮੱਖਣ ਨੇ ਭਾਵੁਕ ਹੋ ਅਜਿਹਾ ਕਰਨ ਦੀ ਸਫਾਈ ਵੀ ਪੇਸ਼ ਕੀਤੀ। ਮੱਖਣ ਨੇ ਅੰਮ੍ਰਿਤ ਭੰਗ ਕਰਨ ਦਾ ਕਾਰਨ ਫੇਸਬੁੱਕ 'ਤੇ ਲਾਈਵ ਹੋ ਕੇ ਦੱਸਿਆ। ਉਹਨਾਂ ਕਿਹਾ ਕਿ ਕੁਝ ਲੋਕ ਉਹਨਾਂ ਦੇ ਸਿੱਖੀ ਸਰੂਪ 'ਤੇ ਸਵਾਲ ਚੁੱਕ ਰਹੇ ਸਨ। ਇਸ ਤੋਂ ਪਰੇਸ਼ਾਨ ਹੋ ਕੇ ਉਹਨਾਂ ਨੇ ਸੋਚ ਸਮਝ ਕੇ ਅਜਿਹਾ ਫੈਸਲਾ ਲਿਆ। ਵੀਡੀਓ ਵਿੱਚ ਉਹਨਾਂ ਕਿਹਾ ਕਿ ਮੈਂ ਜੇਕਰ ਸਿੱਖੀ ਦਾ ਫਾਇਦਾ ਨਹੀਂ ਕਰ ਸਕਦਾ ਤਾਂ ਮੈਨੂੰ ਇਸਦਾ ਨੁਕਸਾਨ ਕਰਨ ਦਾ ਵੀ ਹੱਕ ਨਹੀਂ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ 'ਤੇ ਅਫਸੋਸ ਜ਼ਾਹਿਰ ਕੀਤਾ ਏ। ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਕਕਾਰਾਂ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਸੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਸਮਾਗਮ ਵਿੱਚ ਪਹੁੰਚੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਉਸ ਸਮੇਂ ਬੇਰੁਜ਼ਗਾਰ BEd ਟੈਟ ਪਾਸ ਅਧਿਆਪਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਜਦੋਂ ਅਧਿਆਪਕਾਂ ਨੇ ਸਮਾਗਮ ਵਿੱਚ ਪਹੁੰਚੇ ਮੰਤਰੀ ਖਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਜਿੱਥੇ ਸਿੱਖਿਆ ਮੰਤਰੀ ਨੂੰ ਬੇਰੁਜ਼ਗਾਰਾਂ ਦੀ ਨਾਅਰੇਬਾਜ਼ੀ ਤੋਂ ਬਚਾਉਣ ਲਈ ਬਚਾਅ ਕਰਦਾ ਰਿਹਾ, ਉੱਥੇ ਹੀ ਸਿੱਖਿਆ ਮੰਤਰੀ ਵੀ ਬੇਰੁਜ਼ਗਾਰਾਂ ਤੋਂ ਅੱਖਾਂ ਬਚਾਉਂਦੇ ਉੱਥੋਂ ਨਿਕਲ ਗਏ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਦੀ ਅਗਵਾਈ ਵਿੱਚ ਪ੍ਰਦਰਸ਼ਨ ਕਰਨ ਵਾਲੇ ਬੇਰੁਜ਼ਗਾਰ BEd ਅਧਿਆਪਕਾਂ ਨੇ ਕਿਹਾ ਕਿ ਬੀਤੇ ਦਿਨ 30 ਸਤੰਬਰ ਨੂੰ ਚੰਡੀਗੜ੍ਹ ਪੰਜਾਬ ਵਿਧਾਨ ਸਭਾ ਵਿਖੇ ਹੋਈ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਨਵੀਂ ਭਰਤੀ ਤੋਂ ਟਾਲਾ ਵੱਟ ਲਿਆ। ਢਿਲਵਾਂ ਨੇ ਕਿਹਾ ਕਿ ਮੀਟਿੰਗ ਤਾਂ ਇੱਕ ਬਹਾਨਾ ਸੀ, ਅਸਲ ਵਿੱਚ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦੇ ਰੋਹ ਨੂੰ ਆਨੇ ਬਹਾਨੇ ਸ਼ਾਂਤ ਕਰਕੇ ਜ਼ਿਮਨੀ ਚੋਣਾਂ ਵਿੱਚ ਬਾਜ਼ੀ ਮਾਰਨਾ ਚਾਹੁੰਦੀ ਹੈ, ਜਿਸ ਵਿੱਚ ਬੇਰੁਜ਼ਗਾਰ ਅਧਿਆਪਕ ਸਰਕਾਰ ਨੂੰ ਸਫਲ ਨਹੀਂ ਹੋਣ ਦੇਣਗੇ। ਕੱਲ੍ਹ ਸਾਡੀ ਮੀਟਿੰਗ ਸੱਦੀ ਸੀ, ਅਸੀਂ ਪੂਰੀ ਤਰ੍ਹਾਂ ਉੱਥੋਂ ਦੀ ਮੀਟਿੰਗ ਨੂੰ ਬੇਸਿੱਟਾ ਆਖਦੇ ਹੋਏ ਅਗਲੇ ਸੰਘਰਸ਼ ਦਾ ਐਲਾਨ ਕੱਲ੍ਹ ਵੀ ਕੀਤਾ ਸੀ। ਤੁਹਾਡੇ ਸਾਹਮਣੇ ਐਲਾਨ ਕਰਦੇ ਹਾਂ ਕਿ 6 ਤਰੀਕ ਨੂੰ ਜਲਾਲਾਬਾਦ ਪਹਿਲੇ ਟਰਨ ਦੇ ਵਿੱਚ ਅੱਗੇ ਸੰਦੀਪ ਸਿੰਧੂ ਜਿੱਥੋਂ ਚੋਣ ਲੜ ਰਹੇ ਨੇ ਦਾਖਾ ਤੋਂ, ਅਗਲੀ ਵਾਰੀ ਉੱਥੇ ਅਸੀਂ ਜਾ ਕੇ ਲੋਕਾਂ 'ਚ ਪ੍ਰਚਾਰ ਕਰਾਂਗੇ। ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਉੱਥੇ ਜਾ ਕੇ ਲੋਕਾਂ ਨੂੰ ਦੱਸਣਗੇ ਕਿ ਜਿਹੜੇ ਚੋਣਾਂ ਵਿੱਚ ਵਾਅਦੇ ਕੀਤੇ ਸੀ, ਭਾਵੇਂ ਵਿਧਾਨ ਸਭਾ ਚੋਣਾਂ 'ਚ ਭਾਵੇਂ ਲੋਕ ਸਭਾ ਚੋਣਾਂ ਵਿੱਚ, ਜਦੋਂ ਅਸੀਂ ਪਹਿਲਾਂ ਵੀ ਵਿਰੋਧ ਕਰਦੇ ਰਹੇ ਸੀ ਘਰ ਰੁਜ਼ਗਾਰ ਨਹੀਂ ਵੋਟ ਨਹੀਂ, ਅਤੇ ਅਸੀਂ ਇਸ ਮੁਹਿੰਮ ਨੂੰ ਉੱਥੇ ਨਾਅਰੇ ਲਿਖਣ ਦੇ ਰੂਪ ਵਿੱਚ ਵੀ ਲੈ ਕੇ ਜਾਵਾਂਗੇ। ਜਿਹੜਾ ਇੱਥੇ ਸੰਗਰੂਰ 'ਚ ਵੀ ਚਲਾਇਆ ਸੀ, ਇੱਥੋਂ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਉਹਨਾਂ ਨਾਅਰਿਆਂ 'ਤੇ ਪੋਚੇ ਫਿਰਨ ਵਾਸਤੇ ਚੱਲਿਆ ਹੋਇਆ। ਲਗਾਤਾਰ ਅਸੀਂ ਆਪਦੀ ਮੁਹਿੰਮ ਹੋਰ ਤਿੱਖੀ ਕਰਾਂਗੇ, ਪਿੰਡਾਂ ਵਿੱਚ ਲੈ ਕੇ ਜਾਵਾਂਗੇ, ਉਹਨਾਂ ਸਾਰੇ ਵਿਧਾਨ ਸਭਾ ਹਲਕਿਆਂ 'ਚ ਲੈ ਕੇ ਜਾਵਾਂਗੇ ਜਿੱਥੇ ਜ਼ਿਮਨੀ ਚੋਣਾਂ ਹੋ ਰਹੀਆਂ ਨੇ। ਅਤੇ ਆਉਣ ਵਾਲੇ ਸਮੇਂ ਤੱਕ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਂਦੀਆਂ ਜਿਹੜੀਆਂ ਵੀ ਚੋਣਾਂ ਆਉਣੀਆਂ ਨੇ, ਜਿੱਥੇ ਵੀ ਕੋਈ ਇੱਦਾਂ ਦੀ ਸਰਕਾਰ ਵੱਲੋਂ ਸਰਕਾਰ ਪੱਖੀ ਗੱਲ ਕੀਤੀ ਜਾਣੀ ਆ, ਉੱਥੇ ਅਸੀਂ ਜਾ ਕੇ ਵਿਰੋਧ ਕਰਾਂਗੇ। ਹਰਿਆਣਾ ਦੀਆਂ 90 ਸੀਟਾਂ 'ਤੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਇਸੇ ਕੜੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖੁਦ ਕਰਨਾਲ ਸੀਟ ਤੋਂ ਚੋਣ ਲੜ ਰਹੇ ਨੇ। ਅੱਜ ਉਹਨਾਂ ਨੇ ਕਰਨਾਲ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਹਨਾਂ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਵੀ ਮੌਜੂਦ ਰਹੇ। ਤੁਹਾਨੂੰ ਦੱਸ ਦਈਏ ਕਿ 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ 4 ਅਕਤੂਬਰ ਹੈ, ਜਿਸ ਦੌਰਾਨ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ।
गुरदासपुर के नज़दीकी पिंड पुकरा विखे बच्चों नूं लैण गई एक निजी स्कूल की वैन नूं अचानक अग लग गई, जिस विच बच्चे भी सवार सन। पर रहिंदे समय उत्थों गुजर रहे राहगीरां दी मदद नाल बच्चों नूं सुरक्षित वैन विचों बाहर कढ लिया गया, जिस कारण एक वड्डा हादसा होणों टल गया। पर इस दे नाल ही स्कूल प्रबंधां उपर एक वड्डा सवाल खड़ा कर गया। साबका मुख्यमंत्री बेअंत सिंह की हत्या के दोषी बलवंत सिंह राजवाणा की मौत की सज़ा उम्र कैद में तब्दील करने के फैसले को सुप्रीम कोर्ट में चुनौती दी जाएगी। मरहूम बेअंत सिंह के परिवार ने केंद्र सरकार के फैसले को चुनौती देने का फैसला किया है। दस दईए कि बेअंत सिंह के परिवार वालों सरकार के फैसले का लगातार विरोध किया जा रहा है। लुधियाना तो कांग्रसी सांसद रमनीत सिंह बिट्टू ने इस गल से सख्त विरोध जताया सी। उन्होंने इसलिए केंद्र की मोदी सरकार को भी घेरिया। इस नाल ही अजीत खबरों का यह बुलेटिन खत्म होंदा है। कुछ होर नवीं खबरों नाल फिर तो हाजिर होवांगे। तद तक लई आग्या दिओ, सत श्री अकाल।